ਇਹ ਸਭ ਤੋਂ ਅੱਛੀ ਇਨਵੈਸਟਮੈਂਟ ਹੈ, ਠੀਕ ਹੈ। ਨਾ ਕਿ ਤੁਸੀਂ ਬਾਹਰੋਂ ਪਰਚੇਜ਼ਿੰਗ ਕਰੀ ਜਾਓ, ਠੀਕ ਹੈ, ਅਤੇ ਬੱਚੇ ਮਾਰੀ ਜਾਓ। ਨਹੀਂ, ਜਦੋਂ ਤੁਸੀਂ ਆਪ ਬਰੀਡਿੰਗ ਅੱਛੀ ਕਰਵਾਓਗੇ, ਠੀਕ ਹੈ, ਤੁਹਾਡੇ ਕੋਲ ਬੱਚੇ ਜ਼ਿਆਦਾ ਤੋਂ ਜ਼ਿਆਦਾ ਨਿਕਲਣਗੇ। ਉਹਨਾਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਕੋਲੋਂ ਤੁਸੀਂ 1 ਸਾਲ ਦੀ ਹੋਲਡਿੰਗ ਕਰਕੇ ਅਸਲਾਮ ਅਲੈਕੁਮ ਸੱਜਣੋ ਅਤੇ ਬੇਲੀਓ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਮੈਂ ਵਾਂ ਤੁਹਾਡਾ ਆਪਣਾ ਮੁਬੀਨ ਅਖਤਰ, MA Avery 144 ਤੋਂ। ਅੱਛਾ ਜੀ, ਅੱਜ ਦੀ ਵੀਡੀਓ ਜਿਹੜੀ ਹੈ ਉਹ ਬਹੁਤ ਖਾਸ ਹੈ, ਠੀਕ ਹੈ। ਡੇਲੀ ਵਲੋਗ ਦੇ ਵਿੱਚ ਤੁਹਾਡੇ ਨਾਲ ਨਵੀਂ ਤੋਂ ਨਵੀਂ ਇੱਕ ਇਨਫੋਰਮੇਸ਼ਨ ਲੈ ਕੇ ਆਉਂਦਾ ਵਾਂ, ਅਤੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਬਹੁਤ ਹੀ ਜ਼ਿਆਦਾ ਖਾਸ ਹੈ, ਨਾ ਤਾਂ ਨਿਊ ਫੈਂਸੀਅਰ ਵਾਸਤੇ ਵੇ ਅਤੇ ਨਾ ਹੀ ਉਹ ਓਲਡ ਫੈਂਸੀਅਰ ਵਾਸਤੇ ਵੇ। ਇਹ ਚੀਜ਼ ਜੀ ਸਾਰਿਆਂ ਵਾਸਤੇ ਵੇ, ਠੀਕ ਹੈ। ਸਾਡੇ ਨਾਲ ਇਹ 1-2 ਵਾਰੀ ਪਹਿਲੇ ਵੀ ਹੋਇਆ ਸੀ, ਠੀਕ ਹੈ, ਕੋਈ ਪਿਛਲੇ ਸਾਲ ਦੀ ਗੱਲ ਹੈ, ਕੋਈ ਉਸ ਤੋਂ ਪਿਛਲੇ ਸਾਲ ਦੀ ਗੱਲ ਹੈ, ਲੇਕਿਨ ਅੱਜ ਫਿਰ ਦੁਬਾਰਾ ਮਤਲਬ ਇਸ ਤਰ੍ਹਾਂ ਹੋਇਆ ਹੈ। ਅਤੇ ਥੋੜ੍ਹਾ ਜਿਹਾ ਇਹਤਿਆਤ ਜਿਹੜੀ ਹੈ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ, ਠੀਕ ਹੈ। ਇਹ ਤਾਂ ਇਸ ਕਰਕੇ ਤੁਹਾਡੇ ਭਰਾਵਾਂ ਵਾਸਤੇ ਇੱਕ ਛੋਟੀ ਜਿਹੀ ਵੀਡੀਓ ਜਿਹੜੀ ਹੈ ਉਹ ਬਣਾ ਰਿਹਾ ਵਾਂ ਕਿ ਜੀ ਜਿਹੜੇ ਬੱਚੇ ਡੱਬੇ ਦੇ ਵਿੱਚੋਂ ਜ਼ਿਆਦਾ ਨੈਸਟਿੰਗ ਹੋਣ ਦੀ ਵਜ੍ਹਾ ਤੋਂ ਬਾਹਰ ਕੇਜ ਦੇ ਵਿੱਚ ਛਾਲ ਮਾਰ ਦਿੰਦੇ ਨੇ, ਠੀਕ ਹੈ, ਬਾਹਰ ਕੇਜ ਦੇ ਵਿੱਚ ਨਿਕਲ ਆਉਂਦੇ ਨੇ, ਠੀਕ ਹੈ, ਅਤੇ ਇੱਕ ਤਾਂ ਕੀ ਮਸਲਾ ਹੈ ਕਿ ਉਹਨਾਂ ਨੂੰ ਹਜੇ ਦਾਣਾ ਨਹੀਂ ਖਾਣਾ ਆਉਂਦਾ ਹੁੰਦਾ, ਠੀਕ ਹੈ, ਉਹਨਾਂ ਦੇ ਪੂਰੇ ਪਰ ਨਹੀਂ ਆਏ ਹੁੰਦੇ ਕਿ ਉਹ ਫਲਾਈ ਕਰ ਸਕਣ, ਠੀਕ ਹੈ, ਅਤੇ ਉਹ ਪੂਰੀ ਤਰ੍ਹਾਂ ਹਜੇ ਫੀਡ ਲੈ ਰਹੇ ਹੁੰਦੇ ਨੇ ਪੇਰੈਂਟਸ ਕੋਲੋਂ, ਉਹਨਾਂ ਨੂੰ ਦਾਣਾ ਬਿਲਕੁਲ ਨਹੀਂ ਖਾਣਾ ਆਉਂਦਾ, ਜਿਹਦੀ ਵਜ੍ਹਾ ਤੋਂ ਕੇਜ ਦੇ ਬਾਹਰ ਰਹਿਣ ਵਾਲੇ ਬੱਚੇ ਜਿਹੜੇ ਨੇ, ਠੀਕ ਹੈ, ਮਿਸਾਲ ਦੇ ਤੌਰ 'ਤੇ 2 ਡੱਬੇ ਦੇ ਅੰਦਰ ਬੱਚੇ ਨੇ ਅਤੇ 2 ਬੱਚਿਆਂ ਨੇ ਛਾਲ ਮਾਰਤੀ ਜਾਂ 1 ਬੱਚੇ ਨੇ ਮਾਰਤੀ ਛਾਲ ਬਾਹਰ, ਠੀਕ ਹੈ, ਪੇਰੈਂਟਸ ਨੇ ਡੱਬੇ ਦੇ ਅੰਦਰ ਵਾਲੇ ਬੱਚਿਆਂ ਨੂੰ ਫੀਡ ਕਰਵਾਉਣੀ ਹੈ ਅਤੇ ਬਾਹਰ ਵਾਲੇ ਬੱਚਿਆਂ ਨੂੰ ਫੀਡ ਨਹੀਂ ਕਰਵਾਉਣੀ। ਅਤੇ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਕਿ ਤੁਸੀਂ ਆਪਣੇ ਸ਼ੈੱਡ ਦੇ ਵਿੱਚ ਚੱਕਰ ਕਿੰਨੀ ਦੇਰ ਬਾਅਦ ਮਾਰ ਰਹੇ ਹੋ, ਠੀਕ ਹੈ, ਤਾਂ ਕਿ ਤੁਹਾਨੂੰ ਅੰਦਾਜ਼ਾ ਹੋਵੇ ਕਿ ਕੋਈ ਬੱਚਾ ਜਿਹੜਾ ਹੈ ਉਹ ਕੇਜ ਦੇ ਵਿੱਚ ਡੱਬੇ 'ਚੋਂ ਬਾਹਰ ਤਾਂ ਨਹੀਂ ਆਇਆ, ਜਾਂ ਡੱਬੇ ਦੇ ਵਿੱਚ ਬਹੁਤ ਜ਼ਿਆਦਾ ਨੈਸਟਿੰਗ ਹੈ ਅਤੇ ਨੈਸਟਿੰਗ ਕੱਢ ਕੇ ਤੁਸੀਂ ਉਹਦੀ ਜਗ੍ਹਾ 'ਤੇ ਬੂਰਾ ਪਾ ਦਿਓ, ਤਾਂ ਕਿ ਇਹੋ ਜਿਹਾ ਜਿਹੜਾ ਹੈ ਨਾ ਉਹ ਮਸਲਾ ਨਾ ਹੋਵੇ, ਠੀਕ ਹੈ ਜੀ। ਅਤੇ ਛੋਟੀ ਜਿਹੀ ਗਲਤੀ ਦੀ ਵਜ੍ਹਾ ਤੋਂ ਜਿਹੜਾ ਹੈ ਉਹ ਨੁਕਸਾਨ ਹੋਇਆ ਜੀ, 1 ਕਰੀਮਿਨੋ ਅਤੇ 1 ਬਲੂਟੂਥ ਦਾ ਪੀਸ ਜਿਹੜਾ ਹੈ ਨਾ ਉਹ ਇਸੇ ਤਰ੍ਹਾਂ ਹੀ ਕੇਜ ਤੋਂ ਬਾਹਰ ਆਇਆ, ਅਤੇ ਕੇਜ ਤੋਂ ਬਾਹਰ ਆ ਕੇ ਅਤੇ ਉਹਨੂੰ ਡੱਬੇ ਵਾਲਿਆਂ ਨੂੰ ਉਹਨਾਂ ਨੇ ਫੀਡ ਕਰਵਾਈ ਹੈ, ਅਤੇ ਦੂਸਰੇ ਬੱਚਿਆਂ ਨੂੰ ਦੋਵਾਂ ਨੂੰ ਫੀਡ ਨਹੀਂ ਕਰਵਾਈ। ਉਹ ਦੂਸਰੇ ਬੱਚੇ ਮੈਂ ਤੁਹਾਨੂੰ ਦੋਨੋਂ ਵਿਖਾਉਂਦਾ ਵਾਂ, 1 ਕਰੀਮਿਨੋ ਦਾ ਪੀਸ ਹੈ ਅਤੇ 1 ਸਪਲਿਟ ਇਨੋ ਬਲੂਟੂਥ ਦਾ ਪੀਸ ਹੈ, ਠੀਕ ਹੈ, ਅਤੇ ਉਹ ਮੇਰੇ ਹੱਥ 'ਚ ਹੀ ਨੇ ਅਤੇ ਇਹ ਤੁਹਾਨੂੰ ਵਿਖਾਉਂਦਾ ਵਾਂ ਮੈਂ ਦੋਨੋਂ ਪੀਸ, ਅਤੇ ਇਹ ਥੋੜ੍ਹੀ ਜਿਹੀ ਇਹਤਿਆਤ ਕਰਿਆ ਕਰੋ ਤੁਸੀਂ ਵੀ ਮੇਰੇ ਭਰਾ ਸਾਰੇ। ਇਹ ਵੇਖੋ ਜੀ, ਕ੍ਰੀਮਿਨੋ ਦਾ ਪੀਸ 1, ਠੀਕ ਹੈ, ਅਤੇ 1 ਅਲਬਾਈਨੋ ਸਪਲਿਟ ਇਨੋ, ਠੀਕ ਹੈ, ਬਲੂਟੂਥ ਕਨਫਰਮ। ਇਹ ਦੋਨੋਂ ਪੀਸ ਜਿਹੜੇ ਨੇ, ਇਹ ਦੋਨੋਂ ਪੀਸ ਡੱਬੇ ਤੋਂ ਬਾਹਰ ਆਏ ਨੇ, ਬਿਲਕੁਲ ਫੀਡ ਨਹੀਂ ਹੋਈ, ਇਹਨਾਂ ਦਾ ਪੋਟਾ ਬਿਲਕੁਲ ਖਾਲੀ ਹੈ, ਦਾਣਾ ਜਿਹੜਾ ਹੈ ਬਿਲਕੁਲ ਨਹੀਂ ਹੈਗਾ ਇਹਨਾਂ ਦੇ ਪੋਟੇ ਦੇ ਵਿੱਚ, ਠੀਕ ਹੈ, ਅਤੇ ਦੋਨੋਂ ਪੀਸ ਜਿਹੜੇ ਨੇ ਉਹ ਭੁੱਖ ਦੀ ਵਜ੍ਹਾ ਤੋਂ ਜਿਹੜਾ ਹੈ ਉਹ ਮਰ ਗਏ ਨੇ। ਅਤੇ ਅੱਜ ਦਾ ਵਲੋਗ ਜਿਹੜਾ ਹੈ ਜੀ ਉਹ ਬਹੁਤ ਮੇਰੇ ਵਾਸਤੇ ਸੈਡ ਹੈ, ਠੀਕ ਹੈ, ਨੁਕਸਾਨ ਜਿਹੜਾ ਹੈ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਨੁਕਸਾਨ ਹੀ ਹੁੰਦਾ ਹੈ, ਠੀਕ ਹੈ ਜੀ। ਕ੍ਰੀਮਿਨੋ ਤੁਸੀਂ ਮਾੜੇ ਤੋਂ ਮਾੜਾ ਵੀ ਇਸ ਟਾਈਮ ਲਾਓ ਤਾਂ 8 ਤੋਂ 10 ਹਜ਼ਾਰ ਰੁਪਏ ਦਾ ਪੱਠਾ, ਠੀਕ ਹੈ, ਅਤੇ ਬਲੂਟੂਥ ਦਾ ਪੀਸ ਤੁਸੀਂ ਮਾੜੇ ਤੋਂ ਮਾੜਾ ਵੀ ਲਾਓ ਤਾਂ ਕਮ ਅਜ਼ ਕਮ 30-35 ਹਜ਼ਾਰ ਰੁਪਏ ਦਾ ਪੱਠਾ, ਠੀਕ ਹੈ ਜੀ। ਕਿਉਂਕਿ ਬਲੂਟੂਥ ਦਾ ਫਾਇਦਾ ਕੀ ਹੈ ਜੀ, ਬਲੂਟੂਥ ਨੇ ਸਾਰੇ ਦੇ ਸਾਰੇ ਤੁਹਾਡੇ ਬੱਚੇ ਜਿਹੜੇ ਨੇ ਉਹ ਡੈਕਿਨੋ ਕ੍ਰੀਮਿਨੋ ਹੀ ਕੱਢਣੇ ਨੇ, ਠੀਕ ਹੈ, ਅਤੇ ਇਸ ਕਰਕੇ ਜਿਹੜਾ ਹੈ ਨਾ ਇਹ ਥੋੜ੍ਹੀ ਜਿਹੀ ਇਹਤਿਆਤ ਤੁਸੀਂ ਵੀ ਕਰਿਆ ਕਰੋ।
ਠੀਕ ਹੈ, ਮੈਂ ਤੇ ਬਹੁਤ ਜ਼ਿਆਦਾ ਇਹਤਿਆਤ ਕਰਨਾ ਵਾਂ, ਲੇਕਿਨ ਕੋਈ ਨਾ ਕੋਈ ਐਸਾ ਬਾਸ ਟਾਈਮ ਕੰਮ ਆਉਂਦਾ ਹੈ ਕਿ ਜਿਹਦੀ ਵਜ੍ਹਾ ਤੋਂ ਸ਼ੈੱਡ ਦੇ ਵਿੱਚ ਚੱਕਰ ਜਿਹੜਾ ਨਾ ਥੋੜ੍ਹਾ ਲੇਟ ਲੱਗਦਾ, ਅਤੇ ਉਸ ਚੱਕਰ ਲੇਟ ਦੇ ਵਿੱਚ ਜਿਹੜਾ ਨਾ ਕੋਈ ਤੋਹਫਾ ਹੀ ਮਿਲਦਾ ਫਿਰ, ਅਤੇ ਅੱਲਾ ਪਾਕ ਜਿਹੜਾ ਹੈ ਇਹਦੀ ਜਗ੍ਹਾ 'ਤੇ ਸਾਨੂੰ ਇਨਸ਼ਾਅੱਲਾ ਹੋਰ ਕੁਛ ਦੇਵੇਗਾ, ਜ਼ਰੂਰ ਦੇਵੇਗਾ, ਆਸ ਉਮੀਦ ਅੱਲਾ ਤਾਲਾ ਦੇ ਨਾਲ ਹੀ ਹੈ। ਅੱਲਾ ਤਾਲਾ ਨੇ ਅਗਰ ਸਾਨੂੰ ਐਡਾ ਸੋਹਣਾ ਮਤਲਬ ਬਿਜ਼ਨਸ ਕਰਨ ਦਾ ਮੌਕਾ ਦਿੱਤਾ ਹੈ, ਠੀਕ ਹੈ, ਐਡਾ ਸੋਹਣਾ ਮਾਸ਼ਾਅੱਲਾ ਸ਼ੈੱਡ ਬਣਾਉਣ ਦਾ ਮੌਕਾ ਦਿੱਤਾ ਹੈ, ਅਤੇ ਮਾਸ਼ਾਅੱਲਾ ਇਹਦੀ ਜਗ੍ਹਾ ਤੋਂ ਵੀ ਇਹਦੇ ਹਿੱਸੇ ਦਾ ਵੀ ਸਾਨੂੰ ਕੁਛ ਨਾ ਕੁਛ ਲਾਜ਼ਮੀ ਮਿਲੇਗਾ, ਇਹ ਸਾਡੇ ਨਸੀਬ 'ਚ ਨਹੀਂ ਸੀ, ਇਸ ਕਰਕੇ ਇਹ ਜਿਹੜਾ ਇਹ ਕੇਜ ਦੇ ਅੰਦਰ ਹੀ ਬੱਚੇ ਜਿਹੜੇ ਨੇ ਦੋਨੋਂ ਮਰ ਗਏ ਨੇ, ਠੀਕ ਹੈ ਜੀ। ਅਤੇ ਤੁਸੀਂ ਸਾਰੇ ਮੇਰੇ ਭਰਾ ਜਿਹੜੇ ਨੇ ਉਹ ਮਾਸ਼ਾਅੱਲਾ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਪਏ ਹੋ, ਠੀਕ ਹੈ, ਸਾਡਾ ਚੈਨਲ ਮਾਸ਼ਾਅੱਲਾ ਬਹੁਤ ਅੱਛਾ ਚੱਲਦਾ ਪਿਆ ਹੈ, ਅਤੇ 0 ਸਬਸਕ੍ਰਾਈਬਰਸ ਤੋਂ ਮਾਸ਼ਾਅੱਲਾ ਕਾਫੀ ਅੱਗੇ ਵੱਧ ਚੁੱਕੇ ਹਾਂ ਅਸੀਂ, ਠੀਕ ਹੈ ਜੀ। 0 ਤੋਂ ਸ਼ੁਰੂ ਕਰਨ ਵਾਲਾ ਬੰਦਾ ਜਿਹੜਾ ਹੈ ਉਹ ਕਦੀ ਵੀ ਹਾਰ ਨਹੀਂ ਮੰਨਦਾ, ਠੀਕ ਹੈ, ਅਤੇ ਇਨਸ਼ਾਅੱਲਾ ਅਸੀਂ ਵੀ ਹਾਰ ਨਹੀਂ ਮੰਨਣੀ, ਅਤੇ ਇਹ ਜਿਹੜੇ ਬਰਡਸ ਮਰਦੇ ਨੇ ਸਿਰਫ ਇਹੀ ਤੁਹਾਡਾ ਨੁਕਸਾਨ ਹੈ। ਜਦੋਂ ਬਰਡ ਅਗਰ ਤੁਹਾਡੇ ਕੋਲ ਨਿਕਲਦਾ ਰਹਿੰਦਾ ਹੈ ਤਾਂ ਉਹ ਭਾਵੇਂ ਘੱਟ ਰੇਟ 'ਤੇ ਵੀ ਵਿਕਦਾ ਰਹੇ, ਲੇਕਿਨ ਉਹਨੇ ਤੁਹਾਨੂੰ ਫਾਇਦਾ ਹੀ ਦੇਣਾ ਹੈ, ਕਿਉਂਕਿ ਜਿਹੜੇ ਜੋੜੇ ਤੁਸੀਂ ਆਲਰੇਡੀ ਲਾ ਚੁੱਕੇ ਹੋ ਉਹਨਾਂ ਦਾ ਰੇਟ ਅਗਰ ਘੱਟ ਵੀ ਜਾਏਗਾ ਤਾਂ ਤੁਸੀਂ ਪ੍ਰੋਡਕਸ਼ਨ ਉਹਨਾਂ ਦੀ ਵਧਾ ਸਕਦੇ ਹੋ ਆਪਣੇ ਕੋਲ ਮਜ਼ੀਦ ਪੱਠੇ ਰੋਕ ਕੇ। ਆਪਣੇ ਹੀ ਬਰਡ ਤੋਂ ਅਸੀਂ ਮਾਸ਼ਾਅੱਲਾ ਐਡਾ ਵੱਡਾ ਸ਼ੈੱਡ ਬਣਾ ਲਿਆ ਹੈ, ਠੀਕ ਹੈ, ਕਿ ਅਸੀਂ ਆਪਣੇ 1 ਸਾਲ ਦੀ ਪੂਰੀ ਹੋਲਡਿੰਗ ਜਿਹੜੀ ਹੈ ਉਹ ਸਾਰੀ ਅਸੀਂ ਸ਼ੈੱਡ 'ਤੇ ਲਾਈ ਹੈ, ਠੀਕ ਹੈ ਜੀ, ਅਤੇ ਅਸੀਂ ਮਾਸ਼ਾਅੱਲਾ ਐਡਾ ਅੱਛਾ ਮਤਲਬ ਕਾਰੋਬਾਰ ਬਣਾ ਲਿਆ ਹੈ, ਅਤੇ ਤੁਸੀਂ ਵੀ ਸਾਰੇ ਦੋਸਤ ਜਿਹੜੇ ਹੋ ਆਪਣੀ ਪੂਰੀ 1 ਸਾਲ ਦੀ ਜਿਹੜੀ ਬਰੀਡ ਹੈ ਉਹ ਰੋਕ ਕੇ ਅਤੇ ਆਪਣਾ ਕੰਮ ਜਿਹੜਾ ਹੈ ਮਜ਼ੀਦ ਵਧਾ ਸਕਦੇ ਹੋ। ਸਭ ਤੋਂ ਅੱਛੀ ਇਨਵੈਸਟਮੈਂਟ ਇਹੀ ਹੁੰਦੀ ਹੈ ਕਿ ਤੁਸੀਂ ਜਿਹੜਾ ਹੈ ਆਪਣੇ ਪੱਠਿਆਂ ਨੂੰ ਆਪਣੇ ਲਵ ਬਰਡ ਦੇ ਬੱਚਿਆਂ ਨੂੰ ਜਾਂ ਆਪਣੇ ਕਿਸੇ ਵੀ ਬਰਡ ਦੇ ਬੱਚਿਆਂ ਨੂੰ ਰੋਕ ਕੇ ਅਤੇ ਆਪਣੀ ਪ੍ਰੋਡਕਸ਼ਨ ਵਧਾਓ, ਇਹ ਸਭ ਤੋਂ ਅੱਛੀ ਇਨਵੈਸਟਮੈਂਟ ਹੈ, ਠੀਕ ਹੈ, ਨਾ ਕਿ ਤੁਸੀਂ ਬਾਹਰੋਂ ਪਰਚੇਜ਼ਿੰਗ ਕਰੀ ਜਾਓ, ਠੀਕ ਹੈ, ਅਤੇ ਬੱਚੇ ਮਾਰੀ ਜਾਓ, ਨਹੀਂ, ਜਦੋਂ ਤੁਸੀਂ ਆਪ ਬਰੀਡਿੰਗ ਅੱਛੀ ਕਰਵਾਓਗੇ, ਠੀਕ ਹੈ, ਤੁਹਾਡੇ ਕੋਲ ਬੱਚੇ ਜ਼ਿਆਦਾ ਤੋਂ ਜ਼ਿਆਦਾ ਨਿਕਲਣਗੇ, ਉਹਨਾਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਕੋਲੋਂ ਤੁਸੀਂ 1 ਸਾਲ ਦੀ ਹੋਲਡਿੰਗ ਕਰਕੇ ਤੁਸੀਂ ਬਰੀਡ ਕਰਵਾਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਯਾਰ ਹੁਣ ਮੈਨੂੰ ਮਜ਼ਾ ਆਉਣ ਲੱਗਾ, ਠੀਕ ਹੈ ਜੀ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਹੀ ਚੱਲਣੀਆਂ ਨੇ, ਲੇਕਿਨ ਬਸ ਅੱਜ ਦਾ ਦਿਨ ਥੋੜ੍ਹਾ ਜਿਹਾ ਇੰਜ ਦਾ ਹੀ ਹੈ, ਅਤੇ ਅੱਲਾ ਪਾਕ ਜਿਹੜਾ ਇਹਦੇ ਹਿੱਸੇ ਦਾ ਸਾਨੂੰ ਮਜ਼ੀਦ ਕੁਛ ਨਾ ਕੁਛ ਅੱਛਾ ਨਸੀਬ ਕਰੇ, ਆਮੀਨ ਸੁਮਾ ਅਮੀਨ। ਅਤੇ ਮੇਰੀਆਂ ਦੁਆਵਾਂ ਤੁਹਾਡੇ ਸਾਰੇ ਭਰਾਵਾਂ ਨਾਲ ਨੇ, ਅਤੇ ਮੇਰੇ ਵਾਸਤੇ ਵੀ ਦੁਆ ਕਰਿਆ ਕਰੋ, ਠੀਕ ਹੈ ਜੀ। ਅਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਲਵੋ, ਠੀਕ ਹੈ, ਅਤੇ ਵੀਡੀਓ ਜਿਹੜੀ ਅਗਲੇ ਦੋਸਤਾਂ ਤੱਕ ਵੀ ਪਹੁੰਚਾਇਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋਵੇ। ਅਤੇ ਮੈਨੂੰ ਹੁਣ ਤੁਸੀਂ ਦੇਵੋ ਇਜਾਜ਼ਤ, ਅੱਲਾ ਹਾਫਿਜ਼, ਜਜ਼ਾਕ ਅੱਲਾ ਖੈਰ।